ਦੁਕਾਨ 'ਚ ਲੱਗੇ 16 ਤਾਲੇ ਵੀ ਨਹੀਂ ਰੋਕ ਪਾਏ ਇਹਨਾਂ ਚੋਰਾਂ ਨੂੰ। ਸ਼ਟਰ ਉਖਾੜ ਕੇ ਕੀਤੀ 3 ਲੱਖ ਦੀ ਚੋਰੀ। ਦੱਸਦੇ ਕਿ ਚੋਰਾਂ ਨੇ ਇੱਕ ਸਿਗਰਟ ਦੇ ਵਪਾਰੀ ਦੀ ਦੁਕਾਨ 'ਤੇ ਵੱਡਾ ਹੱਥ ਮਾਰਿਆ, ਜਿੱਥੇ ਉਹਨਾਂ ਵੱਲੋਂ ਮੌਕੇ 'ਤੇ 3 ਲੱਖ ਦੀ ਵਿਦੇਸ਼ੀ ਸਿਗਰਟ ਚੋਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ। ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ 2 ਬਾਈਕ 'ਤੇ ਸਵਾਰ ਹੋ ਕੇ 4 ਲੁਟੇਰੇ ਆਉਂਦੇ ਨੇ ਅਤੇ ਮੌਕੇ 'ਤੇ ਇਹਨਾਂ ਵੱਲੋਂ ਸ਼ਟਰ ਹੀ ਉਖਾੜ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਵਿੱਚ 16 ਤਾਲੇ ਲੱਗੇ ਸੀ, ਪਰ ਚੋਰਾਂ ਨੇ ਤਾਲੇ ਤੋੜਨ ਦੀ ਬਜਾਏ ਸਿੱਧਾ ਸ਼ਟਰ ਹੀ ਉਖਾੜ ਦਿੱਤਾ, ਜਿਸ ਤੋਂ ਬਾਅਦ ਉਹ ਦੁਕਾਨ 'ਚ ਪਈ 3 ਲੱਖ ਦੀ ਵਿਦੇਸ਼ੀ ਸਿਗਰਟ ਚੋਰੀ ਕਰ ਲੈਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ 3 ਸਾਲ ਪਹਿਲਾਂ ਵੀ ਉਹਨਾਂ ਦੀ ਦੁਕਾਨ 'ਤੇ ਚੋਰੀ ਹੋਈ ਸੀ ਅਤੇ ਉਸ ਸਮੇਂ 7 ਲੱਖ ਦਾ ਸਮਾਨ ਗਾਇਬ ਹੋਇਆ ਸੀ ਅਤੇ ਉਸਦੇ ਆਰੋਪੀ ਹਾਲੇ ਤੱਕ ਪੁਲਿਸ ਤੋਂ ਨਹੀਂ ਫੜੇ ਗਏ ਅਤੇ ਹੁਣ ਫਿਰ 3 ਲੱਖ ਦਾ ਸਮਾਨ ਚੋਰੀ ਹੋ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਜੁਟ ਗਈ ਹੈ। ਦੁਕਾਨ 'ਚ ਲੱਗੇ 16 ਤਾਲੇ ਵੀ ਨਹੀਂ ਰੋਕ ਪਾਏ ਇਹਨਾਂ ਚੋਰਾਂ ਨੂੰ। ਸ਼ਟਰ ਉਖਾੜ ਕੇ ਕੀਤੀ 3 ਲੱਖ ਦੀ ਚੋਰੀ। ਦੱਸਦੇ ਕਿ ਚੋਰਾਂ ਨੇ ਇੱਕ ਸਿਗਰਟ ਦੇ ਵਪਾਰੀ ਦੀ ਦੁਕਾਨ 'ਤੇ ਵੱਡਾ ਹੱਥ ਮਾਰਿਆ, ਜਿੱਥੇ ਉਹਨਾਂ ਵੱਲੋਂ ਮੌਕੇ 'ਤੇ 3 ਲੱਖ ਦੀ ਵਿਦੇਸ਼ੀ ਸਿਗਰਟ ਚੋਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ। ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ 2 ਬਾਈਕ 'ਤੇ ਸਵਾਰ ਹੋ ਕੇ 4 ਲੁਟੇਰੇ ਆਉਂਦੇ ਨੇ ਅਤੇ ਮੌਕੇ 'ਤੇ ਇਹਨਾਂ ਵੱਲੋਂ ਸ਼ਟਰ ਹੀ ਉਖਾੜ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਵਿੱਚ 16 ਤਾਲੇ ਲੱਗੇ ਸੀ, ਪਰ ਚੋਰਾਂ ਨੇ ਤਾਲੇ ਤੋੜਨ ਦੀ ਬਜਾਏ ਸਿੱਧਾ ਸ਼ਟਰ ਹੀ ਉਖਾੜ ਦਿੱਤਾ, ਜਿਸ ਤੋਂ ਬਾਅਦ ਉਹ ਦੁਕਾਨ 'ਚ ਪਈ 3 ਲੱਖ ਦੀ ਵਿਦੇਸ਼ੀ ਸਿਗਰਟ ਚੋਰੀ ਕਰ ਲੈਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ 3 ਸਾਲ ਪਹਿਲਾਂ ਵੀ ਉਹਨਾਂ ਦੀ ਦੁਕਾਨ 'ਤੇ ਚੋਰੀ ਹੋਈ ਸੀ ਅਤੇ ਉਸ ਸਮੇਂ 7 ਲੱਖ ਦਾ ਸਮਾਨ ਗਾਇਬ ਹੋਇਆ ਸੀ ਅਤੇ ਉਸਦੇ ਆਰੋਪੀ ਹਾਲੇ ਤੱਕ ਪੁਲਿਸ ਤੋਂ ਨਹੀਂ ਫੜੇ ਗਏ ਅਤੇ ਹੁਣ ਫਿਰ 3 ਲੱਖ ਦਾ ਸਮਾਨ ਚੋਰੀ ਹੋ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਜੁਟ ਗਈ ਹੈ। ਦੁਕਾਨ 'ਚ ਲੱਗੇ 16 ਤਾਲੇ ਵੀ ਨਹੀਂ ਰੋਕ ਪਾਏ ਇਹਨਾਂ ਚੋਰਾਂ ਨੂੰ। ਸ਼ਟਰ ਉਖਾੜ ਕੇ ਕੀਤੀ 3 ਲੱਖ ਦੀ ਚੋਰੀ। ਦੱਸਦੇ ਕਿ ਚੋਰਾਂ ਨੇ ਇੱਕ ਸਿਗਰਟ ਦੇ ਵਪਾਰੀ ਦੀ ਦੁਕਾਨ 'ਤੇ ਵੱਡਾ ਹੱਥ ਮਾਰਿਆ, ਜਿੱਥੇ ਉਹਨਾਂ ਵੱਲੋਂ ਮੌਕੇ 'ਤੇ 3 ਲੱਖ ਦੀ ਵਿਦੇਸ਼ੀ ਸਿਗਰਟ ਚੋਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ। ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ 2 ਬਾਈਕ 'ਤੇ ਸਵਾਰ ਹੋ ਕੇ 4 ਲੁਟੇਰੇ ਆਉਂਦੇ ਨੇ ਅਤੇ ਮੌਕੇ 'ਤੇ ਇਹਨਾਂ ਵੱਲੋਂ ਸ਼ਟਰ ਹੀ ਉਖਾੜ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਵਿੱਚ 16 ਤਾਲੇ ਲੱਗੇ ਸੀ, ਪਰ ਚੋਰਾਂ ਨੇ ਤਾਲੇ ਤੋੜਨ ਦੀ ਬਜਾਏ ਸਿੱਧਾ ਸ਼ਟਰ ਹੀ ਉਖਾੜ ਦਿੱਤਾ, ਜਿਸ ਤੋਂ ਬਾਅਦ ਉਹ ਦੁਕਾਨ 'ਚ ਪਈ 3 ਲੱਖ ਦੀ ਵਿਦੇਸ਼ੀ ਸਿਗਰਟ ਚੋਰੀ ਕਰ ਲੈਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ 3 ਸਾਲ ਪਹਿਲਾਂ ਵੀ ਉਹਨਾਂ ਦੀ ਦੁਕਾਨ 'ਤੇ ਚੋਰੀ ਹੋਈ ਸੀ ਅਤੇ ਉਸ ਸਮੇਂ 7 ਲੱਖ ਦਾ ਸਮਾਨ ਗਾਇਬ ਹੋਇਆ ਸੀ ਅਤੇ ਉਸਦੇ ਆਰੋਪੀ ਹਾਲੇ ਤੱਕ ਪੁਲਿਸ ਤੋਂ ਨਹੀਂ ਫੜੇ ਗਏ ਅਤੇ ਹੁਣ ਫਿਰ 3 ਲੱਖ ਦਾ ਸਮਾਨ ਚੋਰੀ ਹੋ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਜੁਟ ਗਈ ਹੈ।